ਦਾ ਬਹੁਤ ਸ਼ਾਹ ਮਿਲਿਆ, ਲੋਕਾਂ ਦਾ ਬੜਾ ਪਿਆਰ ਮਿਲ ਰਿਹਾ। ਤੁਸੀਂ ਵੇਖੋ ਅੱਗੇ ਸਾਰਾ ਭਰਿਆ ਬਾਜ਼ਾਰ ਤੁਹਾਡੇ ਹਿਸਾਬ ਨਾਲ। 45 ਡਿਗਰੀ ਟੈਂਪਰੇਚਰ ਹੈ, ਫਿਰ ਵੀ ਲੋਕ ਆਏ ਨੇ ਨਿਕਲ ਕੇ, ਇਹੀ ਪਿਆਰ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪ੍ਰਚਾਰ ਜੋ ਕਿਤੇ ਨਾ ਕਿਤੇ ਅੱਜ ਖਤਮ ਹੋ ਜਾਣਾ, ਪਰ ਉਸ ਤੋਂ ਪਹਿਲਾਂ ਅੱਜ ਕਾਂਗਰਸ ਵੱਲੋਂ ਇੱਕ ਰੋਡ ਸ਼ੋਅ ਕੱਢਿਆ ਜਾ ਰਿਹਾ ਹਾਲ ਗੇਟ ਦੇ ਅੰਦਰੋਂ। ਤਾਂ ਤਸਵੀਰਾਂ ਤੁਹਾਨੂੰ ਮੈਂ ਰੋਡ ਸ਼ੋਅ ਦੀਆਂ ਸਾਂਝਾ ਕਰ ਰਿਹਾ, ਤੁਸੀਂ ਵੇਖ ਸਕਦੇ ਹੋ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਇਕੱਠ ਜੋ ਕਾਂਗਰਸ ਵਰਕਰਾਂ ਦੇ ਵਿੱਚ ਇਕੱਠਾ ਹੋਇਆ। ਇਹ ਤੁਸੀਂ ਵੇਖ ਸਕਦੇ ਹੋ ਕਿ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਨਾਲ, ਓਮ ਪ੍ਰਕਾਸ਼ ਸੋਢੀ ਨਾਲ, ਡਾਕਟਰ ਅਕਮਰ ਵਿਰਕ ਅਤੇ ਉਹਨਾਂ ਦੇ ਨਾਲ ਜੋ ਵਿਸ਼ੇਸ਼ ਤੌਰ ਦੇ ਉੱਤੇ ਜੋ ਉਸਦੇ ਨਾਲ ਉਹਨਾਂ ਦੇ ਨਾਲ ਪੱਪੂ ਜੋ ਅਸ਼ਵਨੀ ਕੁਮਾਰ ਪੱਪੂ ਜੋ ਨੇ ਉਹ ਵੀ ਨਾਲ ਹੈਗੇ ਨੇ। ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ। ਇਹ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਅੱਜ ਇਕੱਠ ਸ਼ਹਿਰ ਦੇ ਵਿੱਚ। ਮੈਂ ਆਪਣੇ ਸੋਗੀ ਨੂੰ ਕਹਾਂਗਾ ਇੱਕ ਵਾਰੀ ਤਸਵੀਰਾਂ ਪਿੱਛੇ ਦੀਆਂ ਵੀ ਸਾਂਝੀਆਂ ਕੀਤੀਆਂ ਜਾਣ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਜੋ ਕਾਂਗਰਸ ਲੀਡਰ ਨੇ ਜਾਂ ਕਾਂਗਰਸ ਵਰਕਰ ਨੇ ਉਹ ਇੱਥੇ ਪਹੁੰਚੇ ਨੇ। ਤਾਂ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਐਮ ਪੀ ਸਾਹਿਬ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਭਰਮਾ ਇਕੱਠ ਅੱਜ ਹੋਇਆ, ਕਾਫੀ ਵੱਡੇ ਪੱਧਰ ਦਾ ਯੂਥ ਬਾਹਰ ਆਇਆ? ਲੋਕਾਂ ਦਾ ਬਹੁਤ ਸ਼ਾਹ ਮਿਲਿਆ, ਲੋਕਾਂ ਦਾ ਬੜਾ ਪਿਆਰ ਮਿਲ ਰਿਹਾ। ਤੁਸੀਂ ਵੇਖੋ ਅੱਗੇ ਸਾਰਾ ਭਰਿਆ ਬਾਜ਼ਾਰ ਤੁਹਾਡੇ ਹਿਸਾਬ ਨਾਲ। ਸੋ ਇਹ ਪਿਆਰ ਚਾਹੀਦਾ ਲੋਕਾਂ 'ਚ, ਉਤਸ਼ਾਹ। ਇੰਨੀ ਗਰਮੀ, 45 ਡਿਗਰੀ ਟੈਂਪਰੇਚਰ ਹੈ, ਫਿਰ ਵੀ ਲੋਕ ਆਏ ਨੇ ਨਿਕਲ ਕੇ, ਇਹੀ ਪਿਆਰ ਹੈ ਜੀ। ਬਿਲਕੁਲ, ਜਿਵੇਂ ਤੁਸੀਂ ਦੇਖਿਆ ਕਿ ਗੁਰਜੀਤ ਸਿੰਘ ਔਜਲਾ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਲੋਕਾਂ ਦਾ ਪਿਆਰ ਜੋ ਕਾਫੀ ਵੱਡੇ ਪੱਧਰ ਦੇ ਉੱਤੇ ਲੋਕਾਂ ਦਾ ਪਿਆਰ ਇੱਥੇ ਮਿਲ ਰਿਹਾ। ਤਾਂ ਇਹ ਤਸਵੀਰਾਂ ਖਾਸ ਕਰਕੇ ਸਾਂਝਾ ਕਰਨੀਆਂ ਚਾਹਾਂਗੇ ਕਿਉਂਕਿ ਅੱਜ ਸਾਰੇ ਹੀ ਵੱਡੇ ਜਿਹੜੇ ਲੀਡਰਸ ਹੈਗੇ ਨੇ ਉਹ ਅੱਜ ਹਰ ਇੱਕ ਵੱਖ ਵੱਖ ਪਾਰਟੀ ਦੀ ਗੱਲ ਕਰ ਲਈ, ਹਰ ਇੱਕ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ ਉਹ ਅੱਜ ਗੁਰੂ ਨਗਰੀ ਦੇ ਵਿੱਚ ਪਹੁੰਚੇ ਹੋਏ ਨੇ। ਤਾਂ ਉੱਥੇ ਹੀ ਅੱਜ ਗੁਰਜੀਤ ਸਿੰਘ ਔਜਲਾ ਹੋਣਾ ਵੱਲੋਂ ਵੀ ਇੱਥੇ ਆਪਣਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ। ਤਾਂ ਕਰੀਬ 6 ਵਜੇ ਦੇ ਕਰੀਬ ਤੋਂ ਬਾਅਦ ਜੋ ਪ੍ਰਚਾਰ ਬੰਦ ਹੋ ਜਾਣਾ, ਪਰ ਉਸ ਤੋਂ ਲਾਸਟ 'ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ ਅਖੀਰ ਵਾਲਾ ਪ੍ਰਚਾਰ ਜੋ ਕਾਂਗਰਸ ਵੱਲੋਂ ਇੱਥੇ ਰੋਡ ਸ਼ੋਅ ਕੀਤਾ ਜਾ ਰਿਹਾ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੈ ਸੁਨਕ, ਜਗਬਾਣੀ ਟੀਵੀ, ਸ਼੍ਰੀ ਅੰਮ੍ਰਿਤਸਰ ਸਾਹਿਬ।